ਆਉ ਸੁਣੀਏ ਗੁਰਦਿਆਲ ਸਿੰਘ ਦੀ ਕਹਾਣੀ ਬੇਗਾਨਾ ਪਿੰਡ ਸੱਤ ਵਿੱਚੋਂ ਦੋ ਨਿਆਣੇ ਗੁੱਲੀ ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਹਨਾਂ ਨੂੰ ਸਹਨਤ ਮਾਰੀ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਉਂਗਲ ਲੈ ਕੇ ਸੰਗ ਦਾ ਸੰਗ ਦਾ ਤਾਏ ਦੇ ਨੇੜੇ ਆ ਗਿਆ ਪਰ ਦੂਜਾ ਚੱਗੇ ਹੇਠ ਗੁੱਲੀ ਲੁਕਾ ਕੇ ਅਗਾ ਨਸ ਗਿਆ ਉਹ ਕਹਿੰਦਾ ਸੀ ਕੁਛ ਓਏ ਕੋਲ ਆਏ ਮੁੰਡੇ ਦੀ ਬਾਹ ਫੜ ਕੇ ਤਾਏ ਨੇ ਪੁੱਛਿਆ ਓ ਓ ਮਾਗੇ ਕਾ ਮਾਗੇ ਕਾ ਕੀ ਓਏ ਮਾਗੇ ਕਾ ਨੇ ਕਾ ਭਤੀਜਾ ਕੱਗੇ ਢੀਂਡੂ ਦਾ ਮੁੰਡਾ ਮੁੰਡੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਇਆ ਆਪਣੀਆਂ ਸੰਗਣੀਆਂ ਮੁੱਛਾਂ ਵਿੱਚੋਂ ਮੁਸਕੁਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰਕੇ ਹੌਲੀ ਜਿਹੀ ਬੋਲਿਆ ਤੇ ਤੂੰ ਸੰਤੇ ਬੁੱਝੜਦਾ ਨਾ ਤੇਰੇ ਬਾਬੇ ਦਾ ਨਾਂ ਤੈਨੂੰ ਪਤਾ ਹੈ ਮੁੰਡੇ ਨੇ ਜੀਬ ਬਾਹਰ ਕੱਢ ਕੇ ਤਾਇਏ ਤੋਂ ਬਾਹ ਚੁਡਾਉਂਦਿਆਂ ਸੰਘ ਕੇ ਮੂੰਹ ਪਾਸੇ ਕਰ ਲਿਆ ਦਾਦੀ ਦੇ ਅੱਖਸਮਾ ਆਪਦੇ ਬਾਬੇ ਦਾ ਨਾਂ ਨਹੀਂ ਪਤਾ ਦੱਸ ਕਿਸੂ ਮੁਖਤਿਆਰ ਹੈ ਕਿ ਫਿੱਡੂ ਰਾਂਝਾ ਤਾਇਆ ਉੱਚੀ ਸਾਰੀ ਹੱਸਿਆ ਪਰ ਮੁੰਡਾ ਮੂੰਹ ਵਿੱਚ ਉਂਗਲ ਪਾਈ ਗਲੀ ਦੇ ਅਗਲੇ ਸਿਰੇ ਤੇ ਸਹਮੇ ਖੜੋਤੇ ਆਪਣੇ ਗੁੱਲੀ ਵਾਲੇ ਬੇਲੀ ਵੱਲ ਝਾਕਦਾ ਬਾਹ ਛਡਾਉਣ ਦਾ ਯਤਨ ਕਰਦਾ ਰਿਹਾ ਚੰਗਾ ਚੱਲ ਇਹੋ ਦੱਸ ਬਈ ਪੁੱਤ ਕਿਦਾਂ ਲਾਲੂ ਦਾ ਮੁੰਡੇ ਨੇ ਛੇਤੀ ਦੇਣੀ ਜਵਾਬ ਦਿੱਤਾ ਗੁਰਮੁਖ ਕੇ ਲਾਲੂ ਦਾ ਹੂੰ ਲੱਗਦਾ ਹੂੰ ਦਾ ਨਾਨੀ ਰਿਆ ਯਾਰਾ ਨਾ ਬਾਬਾ ਨਾ ਤਾਇਆ ਹੂੰ ਇਹ ਕਿਨੇ ਮਤ ਦਿੱਤੀ ਏ ਤੈਨੂੰ ਏ ਮੁੰਡੇ ਦਾ ਸੰਗ ਤੇ ਸਹਿਮ ਨਾਲ ਮੂੰਹ ਲਾਲ ਹੋ ਗਿਆ ਤਾਇ ਦਾ ਭਾਰਾ ਚਿਹਰਾ ਵੀ ਪੱਕ ਗਿਆ ਉਸ ਰਤਾ ਅਖਰ ਵੀ ਆਵਾਜ਼ ਵਿੱਚ ਪੁੱਛਿਆ ਮੈਂ ਤੇਰਾ ਕੀ ਲੱਗਦਾ ਭਲਾ ਮੁੰਡਾ ਗੁਮਸੁਮ ਖੜੋਤਾ ਰਿਹਾ ਓਏ ਕੁਸ਼ਤਾ ਬੋਲ ਨਾਰਕਿਆਂ ਦੇ ਜੰਮਿਆਂ ਓਵੇਂ ਸਹਿਮੇ ਹੋ ਮੁੰਡੇ ਦੇ ਮੋਹੋਂ ਤਾਇਆ ਨਿਕਲ ਗਿਆ ਦੁਰ ਫਿਟੇ ਮੂੰ ਤੇਰੇ ਜੰਮਣ ਦੇ ਮੈਂ ਤੇਰੇ ਪਿਓ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ ਇਹ ਸਕੀਰੀ ਕਿਧਰੋਂ ਪਾਲੀ ਓਏ ਤੈ ਘਰੇ ਤੇਰੇ ਕੋਈ ਦਾਦੀ ਬੇਬੇ ਵੀ ਹੈ ਮਤ ਦੇਣ ਵਾਲੀ ਕਿ ਜੰਮ ਕੇ ਭੂਂਡਾਂ ਦੀਆਂ ਗਰੋਲੀਆਂ ਵਾਂਗੂ ਰੋੜ ਹੀ ਛੱਡਿਓ ਤਾਇ ਨੇ ਬਾਹ ਛੱਡ ਕੇ ਉਹਦੇ ਕੋਨੇ ਸਿਰ ਤੇ ਪੋਲੀ ਜਿਹੀ ਚਪੇੜ ਮਾਰੀ ਮੁੰਡਾ ਬਾਹ ਛੁੱਟਦੇ ਆਈ ਸ਼ੂਟ ਵੱਟ ਕੇ ਆਪਣੇ ਬੇਲੀ ਨਾਲ ਜਾ ਰਲਿਆ। ਉਥੋਂ ਦੋਵੇਂ ਪਿਛਾ ਮੁੜ ਮੁੜ ਝਾਕਦੇ ਛੱਪੜ ਵੱਲ ਭੱਜ ਗਏ। ਤਾਏ ਨੇ ਇੱਕ ਵਾਰੀ ਉਹਨਾਂ ਵੱਲ ਵੇਖਿਆ ਤੇ ਗੰਭੀਰ ਹੋ ਕੇ ਆਪਣੇ ਖੁੰਡੇ ਨੂੰ ਪਲੋਸਣ ਲੱਗ ਪਿਆ। ਤਕੜਾ ਦਿਨ ਚੜਾਇਆ ਸੀ। ਪਰ ਅਜੇ ਤੱਕ ਤਾਏ ਦਾ ਕੋਈ ਸਾਥ ਵਾਲਾ ਬੇਲੀ ਨਹੀਂ ਸੀ ਆਇਆ। ਚਿੱਤ ਕਾਲਾ ਪੈਣ ਲੱਗ ਪਿਆ। ਗਲੀ ਵਿੱਚ ਵੀ ਸੁੰਨ ਸਰਾਇ ਲੱਗਦੀ ਸੀ। ਪੁੱਲਰਾਂ ਦੇ ਘਰੋਂ ਇੱਕ ਬਹੂ ਗੋਹੇ ਦਾ ਟੋਕਰਾ ਲੈ ਕੇ ਬਾਹਰ ਨਿਕਲੀ ਸੀ ਉਸ ਤੋਂ ਪਿੱਛੋਂ ਕੋਈ ਨਹੀਂ ਸੀ ਦਿਸਿਆ ਕੀ ਹੁੰਦਾ ਜਾਂਦਾ ਏ ਜਮਾਨੇ ਨੂੰ ਤਾਇਆ ਆਪ ਮੋਹਾਰਾਈ ਬੋਲ ਪਿਆ ਤੇ ਉਸ ਇੱਕ ਵਾਰ ਫਿਰ ਮੁੜ ਆਸੇ-ਪਾਸੇ ਨਿਗਾਹ ਮਾਰੀ ਰਾਮਾ ਵੀ ਪਤਾ ਨਹੀਂ ਮਰ ਗਿਆ ਕਿ ਜਿਉਂਦਾ ਪੁੱਛੋ ਤਾਂ ਖੂ ਬਹੂਆਂ ਸਦੇਹਾ ਚਾ ਨਹੀਂ ਕਰਕੇ ਦਿੰਦੀਆਂ ਬਣਾ ਪੁੱਛਣ ਵਾਲਾ ਹੋਵੇ ਇਹੋ ਜਿਹਿਆਂ ਬਹੂਆਂ ਨੂੰ ਫਾਹੇ ਦੇਣਾ ਇਹ ਨਾਨੂ ਸਹੇੜ ਕੇ ਕਿਉਂ ਲਿਆਉਂਦਾ ਸੀ ਏਦੂੰ ਤਾਂ ਪਰ ਕੋਈ ਮੰਦਾ ਬੋਲ ਬੋਲਣੋਂ ਰੁੱਕ ਕੇ ਤਾਇਆ ਖੁੰਡੇ ਦਾ ਆਸਰਾ ਲੈਂਦੇ ਆ ਉਠ ਖਲੋਤਾ ਇੰਦਰ ਕਾਰੀਗਰ ਦੇ ਕਾਰਖਾਨੇ ਵੱਲ ਤੁਰਦੇ ਆ ਫੇਰ ਆਪ ਮੋਹਾਰਾ ਬੋਲਣ ਲੱਗ ਪਿਆ ਅੱਗੇ ਦਿਨ ਚੜ੍ਹਦੇ ਨਾਲ ਬੁੜਿਆਂ ਠੇਰਿਆਂ ਨੇ ਸਾਥ ਵਿੱਚ ਆ ਬੈਠਣਾ ਘਰੇ ਨੂਹਾ ਧੀਆਂ ਨੇ ਸੌ ਕੰਮ ਕਰਨੇ ਹੋਣੇ ਬੁੜਿਆਂ ਤੋਂ ਪੱਲੇ ਕਰਦੀਆਂ ਫਿਰਨ ਕਿ ਗੋਹਾ ਕੂੜਨ ਬਿੜ ਣਾਲੇ ਬੰਦੇ ਦਾ ਬੁੜੀਆਂ ਕੋਲ ਕੀ ਕੰਮ ਪਰ ਹੁਣ ਗੁਰਮਖਰਗੇ ਵੀ ਠਰਕੇ ਫਿਰਦੇ ਆਖੇ ਬਹੂਆਂ ਨੂੰ ਘੁੰਡ ਕੱਢਣ ਦੀ ਜ਼ਰੂਰਤ ਹੀ ਕਿਹ ਹੈ ਆਹੋ ਨੂੰ ਸਾਰੇ ਦੀ ਸਾਲੀ ਬਾਬਾ ਪੋਤੀਆਂ ਦਾ ਮਾਸੜ ਜੇ ਸੰਗ ਸ਼ਰਮੀ ਨਹੀਂ ਰਹੀ ਤਾਂ ਬੰਦੇ 'ਚ ਤੇ ਪਸ਼ੂ 'ਚ ਫਰਕ ਕੀ ਹੋਇਆ ਉਹ ਕੀ ਦੇ ਨਾਲ ਸੁਖਮਨੀ ਦੇ ਅਰਥ ਕਰਦਾ ਆਉਂਦਾ ਬਈ ਇੰਦਰ ਨੇ ਬਠਲ ਵਿੱਚ ਅੱਗ ਤੇ ਸੁੱਕੇ ਸਖ ਸੁੱਟਦਿਆਂ ਦੂਰੋਂ ਹੀ ਉਹਦਾ ਸਵਾਗਤ ਕੀਤਾ ਅਰਥ ਕੀ ਦੇ ਨਾਲ ਕਰਨੇ ਐ ਇੰਦਰ ਸਿਆ ਆਪਦੇ ਹੀ ਰੋਣੇ ਐ ਟੁੰਡੇ ਦੇ ਆਸਰੇ ਆਪਣੇ ਭਾਰੇ ਸਰੀਰ ਨੂੰ ਬੋਚਦਾ ਉਹ ਇੰਦਰ ਦੇ ਸਾਹਮਣੇ ਮੁੱਢੀ ਤੇ ਜਾ ਬੈਠਾ ਤੁਖ ਦੇ ਸੱਕਾਂ ਦੇ ਨਿੱਗੇ ਧੂਏ ਵਿੱਚ ਹੱਥ ਪਾਉਂਦਿਆਂ ਉਹ ਫੇਰ ਆਪ ਮੁਹਾਰਾ ਹੀ ਬੋਲਣ ਲੱਗ ਪਿਆ ਇੰਦਰ ਸਿਆ ਤੂੰ ਤਾਂ ਗਿਆਨਬਾਨ ਪੁਰਖ ਹੈ ਇਹ ਦੁਨੀਆ ਨੂੰ ਹੁੰਦਾ ਕੀ ਜਾਂਦਾ ਮੈਂ ਤੜਕੇ ਦਾ ਸੱਥ ਵਿੱਚ ਆ ਕੇ ਬੈਠਾਂ ਕੋਈ ਚੜੀ ਨਹੀਂ ਫੜਕੀ ਖਵਰੇ ਕਰੀ ਬੈਠੇ ਲੋਕੀ ਕੀ ਗੀਤਾ ਦਾ ਪਾਠ ਕਰਦੇ ਐ ਅੱਗੇ ਟਿੱਕੀ ਚੜਦੀ ਨਾਲ ਮਾਰ ਰੌਣਕਾਂ ਲੱਗ ਜਾਣੀਆਂ ਬੁੜਿਆਂ ਠੇਰਿਆਂ ਨੇ ਮੁੰਡਿਆਂ ਖੁੰਡਿਆਂ ਨੂੰ ਮਖੌਲ ਕਰਨੇ ਹੁਣ ਅੱਬਲ ਤਾਂ ਕੋਈ ਆਪ ਹੀ ਕੁਛ ਨਹੀਂ ਕਹਿੰਦਾ ਜੇ ਕਹਿ ਬੈਠੇ ਤਾਂ ਉੱਦੜ ਕੇ ਅੱਗੋਂ ਗੱਲ ਪੈ ਜਾਣਗੇ ਭਲਿਓ ਬੰਦੇਓ ਇਹ ਤਾਂ ਸੋਚੋ ਬਈ ਜੇ ਪਿੰਡ ਵਿੱਚ ਐਨਾ ਹੀ ਸਹਚਾਰ ਨਾ ਰਿਆ ਤੇ ਫਿਰ ਇੱਥੇ ਰਹਿ ਕੇ ਕੀ ਕਰਨਾ ਬਾਹਰ ਖੇਤੀ ਨਾ ਜਾ ਕੇ ਛੱਪਰ ਪਾਲਾਂਗੇ ਹੈ ਬਈ ਇੰਦਰ ਸਿਆਂ ਪਾਈ ਤਾਂ ਜਾਂਦੇ ਐ ਹੁਣ ਤੇਰੇ ਸਾਹਮਣੇ ਤੁੱਲੀ ਕਿਆ ਨੇ ਅਰਜਣ ਕਿਆ ਨੇ ਤੋਤੂ ਨਮੋਲੀਏ ਨੇ ਸਾਰਿਆਂ ਨੇ ਖੇਤੀ ਜਾ ਕੋਠੇ ਪਾਇ ਜਦੋਂ ਪੁੱਛੀਏ ਕਿਵੇਂ ਹੋ ਆਖਣਗੇ ਵੀ ਐ ਭਰਾਵੋ ਸਿਆਪੇ ਜੋ ਨਿਕਲੋ ਲੈ ਪਿੰਡ ਨੂੰ ਸਿਆਪਾ ਦੱਸਦੇ ਐ ਤਾਏ ਨੇ ਗੋਨਾਲ ਇੰਦਰ ਦੇ ਮੂੰਹ ਵੱਲ ਦੇਖਿਆ ਤੇ ਉਹਦੇ ਮੱਥੇ ਦੀਆਂ ਭਾਰੀਆਂ ਤਿਉੜੀਆਂ ਸੰਗਣੀਆਂ ਹੋ ਗਈਆਂ ਦੁਰਫਿੱਟੇ ਮੂੰਹ ਕਿਰਣਾ ਨਾਲ ਤਾਏ ਨੇ ਬਠਲ ਵਿੱਚੋਂ ਧੁਖ ਦਾ ਸੱਕ ਝੁੱਕ ਕੇ ਉਸ ਨਾਲੋਂ ਮੱਛਿਆ ਹਿੱਸਾ ਝਾੜਿਆ ਤੇ ਆਪਣੇ ਪਾਸੇ ਖਿਲਰੇ ਇੰਦਰ ਤੇ ਤਿੱਖੇ ਸੰਦਾਂ ਵੱਲ ਝਾਕ ਕੇ ਖਰਵੀ ਆਵਾਜ਼ ਨਾਲ ਬੋਲਿਆ ਇੰਦਰ ਸਿਆ ਕਦੇ-ਕਦੇ ਤਾਂ ਜੀ ਕਰਦਾ ਬਈ ਆ ਜਿਹੜੇ ਅੱਜਕੱਲ ਦੇ ਮੁੰਡੇ ਬਹੂਆਂ ਫੂਫੂ ਕਰਦੇ ਫਿਰਦੇ ਹੈ ਨਾ ਇਨਾਂ ਦੀਆਂ ਫੜ ਕੇ ਕੋਹਾੜੇ ਨਾਲ ਲੱਤਾਂ ਛਾਂਗਦਿਆਂ ਤੇ ਮੁੰਡੇ ਬਹੂਆਂ ਤੈਥੋਂ ਲੱਤਾਂ ਚੰਗਾਉਣਗੇ ਕਿ ਆਪਣੀਆਂ ਛਾਂਗਣਗੇ ਇੰਦਰ ਆਪਣੀ ਖੋਦੀ ਪਰੜੀ ਬਰੜੀ ਦਾੜੀ ਤੇ ਹੱਥ ਫੇਰਦਿਆਂ ਬੋਲਿਆ ਅਸਲ ਵਿੱਚ ਬਾਈ ਸਮੇਂ ਦੀ ਗੱਲ ਹੁੰਦੀ ਹੈ ਜਿਹੋ ਜੀਵਾ ਉਹ ਜਿਆ ਉਹਲਾ ਤੇਰੇ ਮੇਰੇ ਅਰਗਿਆਂ ਦੇ ਹੁਣ ਜ਼ਮਾਨੇ ਹੀ ਨਹੀਂ ਰਹਿ ਛੱਡ ਜਾਰ ਕੀ ਗੱਲਾਂ ਕਰਦਾ ਮੈਂ ਤਾਂ ਦੋਹਾਂ ਨੂੰ ਆਖਿਆ ਵੇ ਬਈ ਜੇ ਤਾ ਬੰਦੇ ਬਣ ਕੇ ਚੱਲੋਗੇ ਤਾਂ ਸਭ ਕੁਝ ਥੋੜਾ ਜੇ ਬਹੁਤੀ ਚੀਂ-ਚੀਂ ਕੀਤੀ ਤਾਂ ਸਾਲਿਓ ਸਾਰੀ ਜ਼ਮੀਨ ਕੁੜੀਆਂ ਦੇ ਨਾਲਵਾ ਦੂੰ ਤੁਰੇ ਫਿਰਿਓ ਡੰਡੇ ਵਜਾਉਂਦੇ ਵੇਖ ਲੈ ਕੰਨ ਵਿੱਚ ਪਾਏ ਨਹੀਂ ਰੜਕਦੇ ਉਹ ਛੋਟੀ ਬਹੂ ਮਾੜਾ ਜਿਹਾ ਉੱਚੀ ਨਹੀਂ ਵੀ ਹੋਣ ਲੱਗੀ ਸੀ ਮੈਂ ਇੱਕ ਦਿਨ ਵੇੜੇ ਵਿੱਚ ਖੁੰਡਾ ਖੜਕਾ ਕੇ ਐਸੀ ਦਬਕਾਈ ਉਦੋਂ ਪਿੱਛੋਂ ਚਾਹ ਪਾਣੀ ਨੂੰ ਦਿਨ ਨਹੀਂ ਚੜਨ ਦਿੰਦੀ ਆਪੇ ਪਾਣੀ ਤੱਤਾ ਕਰਕੇ ਧਰਜੂ ਆਪੇ ਤੂੰ ਤਾਂ ਹੋਇਆ ਕਰਮਾ ਵਾਲਾ ਜੀ 인ਦਰ ਨੇ ਤਾਈ ਦੀ ਵਡਿਆਈ ਕਰਦੇ ਕਿਹਾ ਤੇਰੀ ਕੋਈ ਰੀਸ ਹੈ ਨਾਲੇ ਜਦੋਂ ਵਾਹਿਗੁਰੂ ਨੇ ਔਲਾਦ ਸਲੱਗ ਦਿੱਤੀ ਹੋਵੇ ਤਾਂ ਆਪੇ ਸਭ ਗੁਜਰਾਸ ਆ ਜਾਂਦਾ ਹੈ ਉਹ ਨਈ ਨਿੰਦਰ ਸਿਆਂ ਬੰਦੇ ਵਿੱਚ ਆਪਦੇ ਵਿੱਚ ਸਾਹ ਸੱਤ ਚਾਹੀਦਾ ਹੈ ਬਾਕੀ ਸਭ ਗੱਲਾਂ ਆਪੇ ਰਾਸ ਆ ਜਾਂਦੀਆਂ ਜਦੋਂ ਆਪ ਹੀ ਲੋਕਾਂ ਦਾ ਆਮਾਨ ਹਿਲਾ ਫਿਰਦਾ ਤਾਂ ਔਲਾਦ ਕੀ ਕਰੂ ਔਰ ਰਾਮੂ ਨੇ ਨੂੰ ਕੀ ਸਿਹੜ ਲਿਆਂਦੀ ਐ ਸਾਰਾ ਦਿਨ ਉਸੇ ਦੀਆਂ ਗੱਲਾਂ ਹੀ ਕਰੀ ਜਾਉ ਹਮਰੀ ਬਹੂ ਕੁੰਡ ਨਹੀਂ ਕੱਢਦੀ ਉਹ ਦਸ ਜਮਾਤਾਂ ਪੜੀ ਹੋਈ ਐ ਮੁੰਡਾ ਕਿਤੇ ਬਾਹਰ ਫਿਰਦਾ ਆਪ ਉਹਨੂੰ ਸਾਲਾ ਇੱਥੇ ਰੱਖੀ ਬੈਠਾ ਬਈ ਕੰਜਰ ਦੇ ਆ ਕੰਜਰਾ ਇਹਦਾ ਇੱਥੇ ਕੀ ਕੰਮ ਹੁਣ ਦੱਸ ਦੁਨੀਆ ਦਾ ਹਾਲ ਐ ਕੋਈ ਹੈ ਬੇੜਾ ਗਰਗੜ ਤੇ ਆਇਆ ਕਿ ਨਹੀਂ ਇੰਦਰ ਵੀ ਗੰਭੀਰ ਹੋ ਗਿਆ ਸੀ ਤਾਏ ਨੇ ਕੋਈ ਹੋਰ ਕਥਾ ਛੇੜ ਲਈ ਪਰ ਪ੍ਰਤਾਪੇ ਦਾ ਸੀਰੀਤਾਪਾ ਕਹੀ ਤਲਪੌਣ ਆ ਗਿਆ ਇੰਦਰ ਨੇ ਕਹੀ ਭੜਕੇ ਪਾਸੇ ਰੱਖਦੇ ਆ ਕਹਿ ਦਿੱਤਾ ਬਿੰਦਕ ਨੂੰ ਲੈ ਜੀ ਅਜੇ ਬਾਈ ਨਾਲ ਗਿਆਨ ਗੋਸ਼ਟ ਕਰਦੇ ਆ ਤੂੰ ਭਰਾਵਾ ਗਿਆਨ ਗੋਸ਼ਟਾ ਫੇਰ ਕਰ ਲਈ ਮੈਂ ਤਾਂ ਜੇ ਬਿੰਦਕ ਨੂੰ ਨਾ ਗਿਆ ਮੇਰੀ ਤਾਂ ਪ੍ਰਤਾਪੇ ਦਾ ਸ਼ਹਾਦਾ ਸੰਗੀ ਘੁੱਟ ਦੂ ਤੇਥੋਂ ਕੁਝ ਨਹੀਂ ਸਰੂਅਕ ਜਾਂਤੇ ਤਾਇ ਨੇ ਉਸ ਵਲ ਹਿਰਖ ਕੇ ਵੰਦਿਆਂ ਕਿਹਾ ਤਾਇਆ ਕੁੱਗੀ ਕੀ ਜਾਣੇ ਸਤਗੁਰ ਕੀ ਬਾਤਾਂ ਤਾਪੇ ਨੇ ਪੈਰਾ ਪਾਰ ਬਠਲ ਦੇ ਨੇੜੇ ਹੋ ਕੇ ਬੰਦਿਆਂ ਕਿਹਾ ਤੂੰ ਤਾਂ ਘਰੋਂ ਬੇਦਖਲ ਹੋਇਆ ਫਿਰਦਾ ਪਰ ਤਾਪੇ ਕੇ ਮੁੰਡੇ ਤਾਂ ਹੁਣ ਐਡੇ ਚੱਕਮੇ ਹੋਏ ਫਿਰਦੇ ਐ ਅਖੇ ਅਸਮਾਨ ਸਾਡਾ ਹੀ ਖੜਾਇਆ ਖੜਾ ਪਰ ਤਾਪੇ ਵੇਲੇ ਤਾਂ ਕਦੇ ਟੋਕ ਦਾ ਭੋਰਾ ਵੀ ਮਿਲ ਜਾਂਦਾ ਸੀ ਹੁਣ ਤਾਂ ਆਖਣਗੇ ਚਾਹ ਵੀ ਘਰੋਂ ਕਰਕੇ ਲਿਆਇਆ ਕਰੋ ਆ ਬੇਖ ਦੁੱਧ ਦਾ ਪਉਆ ਚਾਹ ਤੇ ਗੁੜ ਦੀ ਡਲੀ ਨਾਲ ਲੈ ਕੇ ਚੱਲਿਆ ਡੱਬਾ ਖੇਤ ਰੱਖ ਛੱਡਿਆ ਜਦੋਂ ਤਲਬ ਹੋਈ ਆਪੇ ਕਰਕੇ ਪੀਉ ਕੋਈ ਬਾਤ ਨਹੀਂ ਪੁੱਛਦਾ ਜਦੋਂ ਤਾਪੇ ਨੇ ਆਪਣੇ ਮੂਕੇ ਦੇ ਪਿਛਲੇ ਲੜ ਨਾਲ ਬੰਨਿਆ ਨਿੱਕ ਸੁੱਕ ਵਿਖਾਇਆ ਤਾਂ ਤਾਇਆ ਸੱਚੀ ਹੈਰਾਨ ਹੋਇਆ ਪਰ ਇੰਦਰ ਨੂੰ ਕੋਈ ਹੈਰਾਨੀ ਨਾ ਹੋਈ ਉਸ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਚੰਗਾ ਤੂੰ ਅਜੇ ਘਰ ਗੇੜਾ ਮਾਰਿਆ ਫੇਰ ਮੁੜਦਾ ਲੈ ਜੀ ਅਜੇ ਤਾ ਜਾਰ ਹੱਡੀ ਨਹੀਂ ਜੁੜੇ ਠੰਡ ਤਾਂ ਵੇਖੋ ਤੋ ਕਿੰਨੀ ਪੈਂਦੀ ਐ ਆਹੋ ਚਾਚਾ ਤੈਨੂੰ ਠੰਡ ਤਾਂ ਲੱਗੂ ਹੀ ਤਾਂ ਆਪਾ ਉੱਠ ਕੇ ਖੜਾ ਹੁੰਦਿਆਂ ਕੁਝ ਵਿਅੰਗ ਨਾਲ ਬੋਲਿਆ ਆਵਦੇ ੱਡੇ ਤੇ ਬੈਠੇ ਕਿਸੇ ਸਾਲੇ ਦੀ ਮੀਨਮੇਕ ਨਹੀਂ ਜੋ ਆਖੋ ਸੱਤ ਐ ਚੰਗਾ ਫਿਰ ਮੈਂ ਹੁਣੇ ਆਉਣਾ ਲੈ ਚਾਚਾ ਬਣ ਕੇ ਕਰਾਦੀ ਹੁਣੇ ਚੰਗਾ ਤਾਇਆ ਤਾਪੇ ਦੀ ਗੱਲ ਸੁਣ ਕੇ ਉੰਜ ਹੀ ਗੁੰਮ ਹੋ ਗਿਆ ਸੀ ਅਚਾਨਕ ਉਹਨੂੰ ਜਾਪਿਆ ਜਿਵੇਂ ਉਹ ਕਿਸੇ ਹੋਰ ਪਿੰਡੋਂ ਆ ਕੇ ਵਸਿਆ ਹੋਵੇ ਇੰਜ ਸੀਰੀ ਬੋਤਲਾਂ ਵਿੱਚ ਦੁੱਧ ਪਾਈ ਚਾਹ ਦੀਆਂ ਪੁੜੀਆਂ ਗੁੜ ਪੱਲੇ ਬੰਨੀ ਉਸ ਆਪਣੇ ਪਿੰਡ ਤਾਂ ਕਦੇ ਨਹੀਂ ਸੰਵੇਖੇ ਉਹਨਾਂ ਦੇ ਸੀਰੀ ਨੂੰ ਤਾਂ ਹੁਣ ਵੀ ਮੁੰਡਿਆਂ ਦੇ ਨਾਲ ਚਾਹ ਮਿਲਦੀ ਸੀ ਨਾਲ ਦੀ ਰੋਟੀ ਮਿਲਦੀ ਸੀ ਉਹ ਆਪ ਸਾਰੀ ਉਮਰ ਐਵੇਂ ਕਰਦਾ ਰਿਹਾ ਸੀ ਚੰਗਾ ਬਾਈ ਇੰਦਰ ਸਿੰਘਾਂ ਮੈਂ ਵੀ ਚੱਲਦਾ ਤਾਈ ਨੇ ਉੱਠਦਿਆਂ ਕਿਹਾ ਇੰਦਰ ਨੇ ਦੋ ਤਿੰਨ ਵਾਰ ਉਹਨੂੰ ਬੈਠਣ ਲਈ ਕਿਆ ਪਰ ਤਾਇਆ ਲੰਮਾ ਹੋਕਾ ਭਰ ਕੇ ਵਾਖਰੂ ਵਾਖਰੂ ਤੇਰੇ ਰੰਗ ਕਹਿੰਦਿਆਂ ਬਾਹਰ ਨਿਕਲ ਗਿਆ ਗਲੀ ਵਿੱਚ ਆ ਕੇ ਉਹਨੇ ਚੜਦੇ ਵੇਖਿਆ ਤਾਂ ਕੁਝ ਬੰਦੇ ਤੁਰੇ ਆਉਂਦੇ ਦਿਸੇ ਉਹ ਰੁਕ ਕੇ ਗੋਹ ਨਾਲ ਉਧਰ ਤਾੜਨ ਲੱਗ ਪਿਆ ਪਰ ਕੋਈ ਪਛਾਣ ਨਹੀਂ ਆਈ ਬੰਦੇ ਹੋਰ ਨੇੜੇ ਆ ਗਏ ਉਹ ਫੇਰ ਵੀ ਨਾ ਪਛਾਣ ਸਕਿਆ ਜਦੋਂ ਉਹ ਚਾਰ ਕਦਮਾਂ ਦੀ ਵਿੱਥ ਤੇ ਰਹਿ ਗਏ ਤਾਕਿ ਤੇ ਜਾ ਕੇ ਸੰਤੋਖ ਢਿੱਲੋਂ ਕੇ ਸਿਰੀ ਦੀ ਪਛਾਣ ਆਈ ਉਸ ਸਿਰ ਉੱਤੇ ਵੱਡਾ ਸਾਰਾ ਬਿਸਤਰਾ ਚੁੱਕਿਆ ਹੋਇਆ ਸੀ ਪਰ ਨਾਲਦਿਆਂ ਨੂੰ ਉਹਨੇ ਅਜੇ ਵੀ ਨਹੀਂ ਪਛਾਣਿਆ ਤਾਇਆ ਸਤਸਰੀਏ ਕਾਲ ਤਕੜੇ ਸਿਰੀ ਦੇ ਮਗਰ ਆਉਂਦੇ ਗੋਰੇ ਨਛੋ ਗੱਭਰੂ ਨੇ ਮੁਸਕਰਾਉਂਦਿਆਂ ਕਿਹਾ ਤੇ ਕੁਛੜ ਚੁੱਕੇ ਮੁੰਡੇ ਦੇ ਦੋਇ ਹੱਥ ਉਤਾ ਕਰਦੇ ਬੋਲਿਆ ਬਾਬਾ ਜੀ ਕੋ ਗੁੱਡ ਮਾਰਨਿੰਗ ਬੋਲੋ ਪਰ ਪੋਲਾ ਤਾਇਆ ਜਿਵੇਂ ਠਠੰਬਰ ਗਿਆ ਉਨੂੰ ਇੰਨੀ ਕੋ ਗੱਲ ਸਮਝ ਆ ਗਈ ਕਿ ਉਹ ਸੰਤੋਖ ਢਿਲੋਂ ਦਾ ਮੁੰਡਾ ਹੋ ਸਕਦਾ ਸੀ ਜਿਹੜਾ ਹਵਾਈ ਜਹਾਜ਼ਾਂ ਵਾਲੀ ਫੌਜ ਵਿੱਚ ਨੌਕਰ ਸੀ ਪਰ ਉਹਦੇ ਕੁਛੜ ਚੁੱਕਿਆ ਰਬੜ ਦੇ ਬਾਵੇ ਵਰਗਾ ਲਾਲ ਖੱਟੀ ਕੋਟੀ ਤੇ ਪਸ਼ਮ ਦੇ ਟੋਪੇ ਵਾਲਾ ਨਿਆਣਾ ਤੇ ਉਹਦੇ ਮਗਰ ਆਉਂਦੀ ਲੰਮੀ ਲਾਲ ਕੋਟ ਵਾਲੀ ਸ਼ਹਿਰਨ ਕੁੜੀ ਦੀ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਸੀ ਉਹਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਸੰਤੋਖੇ ਦਾ ਇਹ ਮੁੰਡਾ ਅਜੇ ਵਿਆਹਾ ਨਹੀਂ ਸੀ ਕਿਹੜਾ ਭੋਲੇ ਨੇ ਸਤਸ੍ਰੀਅਕਾਲ ਦਾ ਜਵਾਬ ਦਿੱਤੇ ਬਿਨਾ ਉਸ ਦੇ ਮੂੰਹ ਵੱਲ ਤੱਕਦਿਆਂ ਪੁੱਛਿਆ ਮੈਂ ਸੰਤੋਖੇ ਦਾ ਪੀਲੂ ਹਤਾਇਆ ਪਛਾਣਿਆ ਨਹੀਂ ਪਛਾਣ ਤਾਂ ਲਿਆ ਪਰ ਹਾ ਕੀ ਹਰ ਸ਼ਬਦ ਹੈਰਾਨੀ ਨਾਲ ਤੇ ਲਮਕਾ ਕੇ ਬੋਲਦਿਆਂ ਭੋਲੇ ਨੇ ਕਿਹਾ ਤੇ ਚੁੱਪ ਕਰਕੇ ਅਦਨੰਗ ਸਿਰ ਕਰੀ ਹੱਥ ਵਿੱਚ ਮੈਂ ਦੇਲੇਵੇ ਵਰਗਾ ਕਾਲਾ ਝੋਲਾ ਜਿਹਾ ਲਮਕਾਈ ਬੋਤੇ ਦੇ ਪਿੱਛੇ-ਪਿੱਛੇ ਤੁਰੀ ਜਾਂਦੀ ਉਸ ਕੁੜੀ ਵੱਲ ਇਹੋ ਝਾਕਣ ਲੱਗ ਪਿਆ ਜਿਵੇਂ ਉਹਨੂੰ ਗੱਲ ਹੀ ਭੁੱਲ ਗਈ ਹੋਵੇ ਕਿ ਉਸ ਕੀ ਪੁੱਛਣਾ ਸੀ ਬਲਵਿੰਦਰ ਉੱਚੀ ਸਾਰੀ ਹੱਸ ਕੇ কুਛੜ ਚੁੱਕੇ ਮੁੰਡੇ ਨੂੰ ਉਤਾ ਉਗਾਸ ਤੇ ਆ ਬੋਲਿਆ ਇਹ ਤਾਇਆ ਤੇਰੀ ਨੂ ਹੈ ਬੋਲੇ ਦੀ ਜਿਵੇਂ ਜੀਭ ਠਾਕੀ ਗਈ ਹੋਵੇ ਉਹ ਆਪਣੀ ਇਸ ਨੂ ਨੂੰ ਘੁਰਦਾ ਰਿਹਾ ਨੂ ਤਾਇਆ ਜਿਵੇਂ ਚੁੰਦੀ ਲੱਗ ਗਈ ਤਾਇ ਦੇ ਮੋਢੇ ਉੱਤੇ ਹੱਥ ਰੱਖਦਿਆਂ ਟਹਾਕਾ ਮਾਰ ਕੇ ਬਲਵਿੰਦਰ ਨੇ ਫੇਰ ਕਿਹਾ ਤੂੰ ਖੂ ਦੇ ਡੱਡੂ ਵਾਂਗੂ ਸਾਰੀ ਉਮਰ ਤਸਿਲੋ ਗਾਂ ਨਹੀਂ ਟੱਪਿਆ ਤਾਂ ਹੀ ਇੰਨਾ ਹੈਰਾਨ ਹੋਇਆ ਖੜਾ ਨਾ ਦੁਨੀਆ ਤਾਂ ਤਾਇਆ ਚੰਦ ਤੇ ਅੱਪੜ ਗਈ ਪੋਲਾ ਕੁਝ ਨਹੀਂ ਬੋਲਿਆ ਉਹ ਬਲਵਿੰਦਰ ਨੂੰ ਕੋਈ ਮੋਟੀ ਸਾਰੀ ਗਾਲ ਕੱਢਣਾ ਚਾਹੁੰਦਾ ਸੀ ਪਰ ਸਾਰੇ ਸਰੀਰ ਵਿੱਚ ਜਿਵੇਂ ਸੱਤਿਆ ਹੀ ਨਹੀਂ ਸੀ ਮੁੰਡੇ ਨੂੰ ਕੁਛੜ ਚੁੱਕੀ ਉਹ ਨੂੰ ਮੁਰਮੁਰ ਚੁੰਮਦਾ ਤੇ ਉਹਦੇ ਨਾਲ ਹੋਰੀ ਬੋਲੀ ਵਿੱਚ ਗੱਲਾਂ ਕਰਦਾ ਬਲਵਿੰਦਰ ਤਾਇਏ ਨੂੰ ਦੁਪਹਿਰੇ ਮਿਲਣ ਦਾ ਇਕਰਾਰ ਕਰਕੇ ਜਦੋਂ ਬੋਤੇ ਦੇ ਮਗਰ ਤੁਰ ਹੀ ਜਾਂਦੀ ਆਪਣੀ ਵਾਟੀ ਨਾਲ ਜਾ ਰਲਿਆ ਤਾਂ ਤਾਇਆ ਉਥੋਂ ਹੀ ਫੇਰ ਪਿਛਾ ਮੁੜ ਪਿਆ ਇੰਦਰ ਵੀ ਅਛੋਪਲੇ ਬਾਹਰ ਆਖੜੋਤਾ ਸੀ ਉਸ ਉਹਨੂੰ ਮੁੜਦਿਆਂ ਵੇਖ ਕੇ ਵਿਆੰਗੇ ਨਾਲ ਕਿਹਾ ਕਿਉਂ ਵੇਖੇ ਦੁਨੀਆਂ ਦੇ ਰੰਗ ਏ ਸਾਰਾ ਕੁਛ بارੋਂ ਬਾਰੀ ਕਰਾਈ ਫਿਰਦਾ ਕਹਿੰਦੇ ਉਧਰ ਲਈ ਕੋਈ ਬੰਗਾਲਣ ਸਾਮਣ ਹੈ ਆਪੇ ਸਲਾਹ ਕਰਕੇ ਵਿਆਹ ਕਰਾ ਲਿਆ ਉੱਥੇ ਹੀ ਜਵਾਕ ਜੰਮ ਲੇ ਹੈ ਵਧੀਆ ਕੰਮ ਕੇ ਨਹੀਂ ਬਈ ਨਾ ਹਿੰਗ ਲੱਗੇ ਨਾ ਫੜਕੜੀ ਰੰਗ ਐਨ ਕੇਰਾ ਲਾਲ ਬਰੰਗ ਪਰਤਾਇਆ ਫਿਰ ਵੀ ਕੁਝ ਨਹੀਂ ਬੋਲਿਆ ਉਸ ਅੱਗ ਵਾਲੇ ਬੱਠਲ ਦੇ ਕੋਲ ਆਉਂਦਿਆਂ ਢਿੱਲੀ ਆਵਾਜ਼ ਚ ਕਿਹਾ ਇਹਦੇ ਤੇ ਸੱਖ ਸੁੱਖ ਪਾਚਾਰ ਮੇਰੇ ਤਾਂ ਪੈਰ ਹੀ ਬਲਾਟ ਹਰਦੇ ਜਾਂਦੇ ਐ